ਪੰਜਾਬ ਟੌਪ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਚਰਨਜੀਤ ਕੌਰ ਹਾਰਦਿਕ ਸਵਾਗਤ ਕਰਦੀ ਹਾਂ। ਦੁਆਬੇ ਦੀ ਉੱਘੀ ਸਮਾਜ ਸੇਵੀ ਸੰਸਥਾ ਸਰਵ ਨੌਜਵਾਨ ਸਭਾ ਰਜਿਸਟਰ ਫਗਵਾੜਾ ਵੱਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਸਹਿਯੋਗ ਨਾਲ ਲੜੀਵਾਰ ਪ੍ਰੋਜੈਕਟ ਆਓ ਪੁੰਨ ਕਮਾਈਏ ਤਹਿਤ ਇੱਕ ਲੋੜਵੰਦ ਬਜ਼ੁਰਗ ਦੀ ਅੱਖ ਦਾ ਫ੍ਰੀ ਓਪਰੇਸ਼ਨ ਕਰਵਾਇਆ ਗਿਆ। ਬਜ਼ੁਰਗ ਦਾ ਆਪਰੇਸ਼ਨ ਅੱਖਾਂ ਦੇ ਮਾਹਿਰ ਡਾਕਟਰ ਤੁਸ਼ਾਰ ਅਗਰਵਾਲ ਦੀ ਟੀਮ ਵੱਲੋਂ ਕਰਦਿਆਂ ਲੈਂਸ ਪਾ ਕੇ ਨਵੀਂ ਰੋਸ਼ਨੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਥਾਣਾ ਸਿਟੀ ਫਗਵਾੜਾ ਦੇ ਅਡੀਸ਼ਨਲ SHO ਅਦਿੱਤੇ ਸ਼ਰਮਾ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਖਾਂ ਦੇ ਮਹਿੰਗੇ ਆਪਰੇਸ਼ਨ ਬਿਲਕੁਲ ਫ੍ਰੀ ਕਰਵਾਉਣਾ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਲੋੜਵੰਦਾਂ ਲਈ ਬਹੁਤ ਹੀ ਲਾਹੇਵੰਦ ਬਣਦਾ ਹੈ। ਹਰੇਕ ਸਮਰੱਥ ਵਿਅਕਤੀ ਨੂੰ ਅਜਿਹੇ ਨੇਕ ਕਾਰਜਾਂ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਦੌਰਾਨ ਡਾਕਟਰ ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅੱਖਾਂ ਦੀ ਕਿਸੇ ਤਕਲੀਫ ਨੂੰ ਅੱਖੋਂ ਪਰਖੋਂ ਨਹੀਂ ਕਰਨਾ ਚਾਹੀਦਾ ਹੈ। ਉਹਨਾਂ ਨੇ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਿੱਚ ਆਪਣਾ ਸਹਿਯੋਗ ਕਰਦਾ ਰਹੇਗਾ। ਸਮਾਗਮ ਦੌਰਾਨ ਰੀਟਾ ਹੈੱਡਮਾਸਟਰ ਨਰੇਸ਼ ਕੌਲੀ ਨੇ ਵੀ ਸਰਵ ਨੌਜਵਾਨ ਸਭਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਨੇਤਰਹੀਣਾਂ ਦੀ ਅੱਖਾਂ ਨੂੰ ਨਵੀਂ ਰੋਸ਼ਨੀ ਦਿੱਤੀ ਜਾ ਰਹੀ ਹੈ। Thank you.
ਸੇਵੀ ਸਮਾਜ ਸੇਵੀ ਸੰਸਥਾ ਦੇ ਲਈ ਅਕਸ਼ਮ ਨੂੰ ਸਕਸ਼ਮ ਬਣਾਉਣਾ ਇਹ ਸਭ ਤੋਂ ਅਹਿਮ ਕੰਮ ਹੈ ਕਿਸੇ ਵੀ NGO ਦਾ। ਔਰ ਅੱਖਾਂ ਕੁਦਰਤ ਦੀ ਨਿਆਮਤ ਆ, ਲੇਕਿਨ ਕਿਸੇ ਵਜ੍ਹਾ ਕਰਕੇ ਜਿਸ ਵੇਲੇ ਇਹਨਾਂ ਅੱਖਾਂ ਦੇ ਵਿੱਚ ਚਾਹੇ ਉਹ ਮੋਤੀਆ ਦਾ ਹੈ ਜਾਂ ਕੋਈ ਖਰਾਬੀ ਆਉਂਦੀ ਆ, ਅਗਰ ਉਹ ਅਕਸ਼ਮ ਹੋ ਜਾਂਦਾ ਕੋਈ ਵੀ ਮਰੀਜ਼, ਤਾਂ ਉਸ ਨੂੰ ਸਕਸ਼ਮ ਬਣਾਉਣ ਦੇ ਲਈ ਸਰਬ ਨੌਜਵਾਨ ਸਭਾ ਜਿਹੜੀ ਆ ਹਰ ਮਹੀਨੇ ਸਾਡੇ ਸਰਦਾਰ ਜਤਿੰਦਰ ਸਿੰਘ ਜੀ ਕੁੰਡੀ ਸਾਹਿਬ ਅਲਾਇੰਸ ਕਲੱਬ ਦੇ ਇੰਟਰਨੈਸ਼ਨਲ ਪੱਧਰ ਦੇ ਆਫਿਸ ਵੀਰਰ ਜਿਹੜੇ ਆ ਉਹਨਾਂ ਦੇ ਪਰਮ ਸਹਿਯੋਗ ਦੇ ਨਾਲ ਸਰਬ ਨੌਜਵਾਨ ਸਭਾ ਔਰ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਡਾਕਟਰ ਤੁਸ਼ਾਰ ਅਗਰਵਾਲ ਜੀ ਦੇ ਪਰਉਪਕਾਰ ਸਦਕਾ, ਇਹਨਾਂ ਦੀ ਅਗਵਾਈ ਸਦਕਾ, ਇਹਨਾਂ ਦੇ ਸਹਿਯੋਗ ਸਦਕਾ ਅੱਜ ਫਿਰ ਅਸੀਂ ਇੱਕ ਸੁਭਾਸ਼ ਕੁਮਾਰ ਮਰੀਜ਼ ਦਾ ਜਿਹੜਾ ਅੱਖਾਂ ਦਾ ਸਫਲ ਉਹਨਾਂ ਦਾ ਮੋਤੀਆ ਬਿੰਦ ਦਾ ਆਪਰੇਸ਼ਨ ਜਿਹੜਾ ਕੀਤਾ ਵਾ ਤੋ ਸਕਸੈਸਫੁਲ ਵੇ ਦੇ ਨਾਲ ਅਸੀਂ ਸਭ ਦੇ ਸਹਿਯੋਗ ਦੇ ਲਈ ਪਰਮ ਜਿਹੜੇ ਆ ਧੰਨਵਾਦੀ ਸਰਬ ਨੌਜਵਾਨ ਸਭਾ ਦੇ ਮੈਂਬਰ ਜਿਹੜੇ ਕਿ ਹਰ ਮਹੀਨੇ ਮਿਲ ਕੇ ਕੋਈ ਨਾ ਕੋਈ ਇੱਦਾਂ ਦਾ ਸੋਸ਼ਲ ਵਰਕ ਕਰਦੇ ਰਹਿੰਦੇ ਹਾਂ। ਉਹਦੇ ਵਿੱਚ ਹੀ ਇੱਕ ਅੱਜ ਫਿਰ ਆਪਰੇਸ਼ਨ ਕੀਤਾ ਹੈ ਅਤੇ ਮੈਂ ਡਾਕਟਰ ਤੁਸ਼ਾਰ ਅਗਰਵਾਲ ਜਿਨ੍ਹਾਂ ਨੇ ਸਫਲਤਾਪੂਰਵਕ ਆਪਰੇਸ਼ਨ ਹੋ ਗਿਆ ਹੈ। ਮੈਂ ਇੱਕ ਵਾਰੀ ਫਿਰ ਵੈਸੇ ਇਸ ਤੁਹਾਡੇ ਮਾਧਿਅਮ ਤੋਂ ਨਾਲ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦਾ ਹੈ ਕਿ ਜਿਹੜੀ ਕਿ ਗਰਮੀ ਦਾ ਰੁੱਖ ਆ ਗਿਆ ਹੈ ਇਹਦੇ ਵਿੱਚ ਆਪਣੀ ਅੱਖਾਂ ਦਾ ਪੂਰਾ ਬਚਾਅ ਰੱਖਿਓ। ਅੱਜ ਕੱਲ੍ਹ ਹਨੇਰੀਆਂ ਦਾ ਮੌਸਮ ਚੱਲ ਰਿਹਾ ਹੈ, ਕੋਈ ਪ੍ਰੋਟੈਕਸ਼ਨ ਵਾਲੇ ਗਲਾਸਿਸ, ਕੋਈ ਗੋਗਲ, ਕੋਈ ਸੂਰਜ ਤੋਂ ਜਿਹੜੀ ਅੱਜ ਕੱਲ੍ਹ ਕਿਰਨਾਂ ਬਹੁਤ ਜ਼ਿਆਦਾ ਤਿੱਖੀਆਂ ਆ ਰਹੀਆਂ ਹਨ, ਉਹ ਸਾਨੂੰ ਬਚਾਅ ਕਰਨ ਲਈ ਕੋਈ ਵਧੀਆ ਸਨ ਗੋਗਲਸ ਯੂਜ ਕਰਨੇ ਚਾਹੀਦੇ ਹਨ। ਮੋਬਾਈਲ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ, ਕੰਪਿਊਟਰ ਮੋਬਾਈਲ ਤੋਂ ਆਪਣੇ ਬੱਚਿਆਂ ਨੂੰ ਵੀ ਆਪ ਨੂੰ ਵੀ ਬਚਾਅ ਰੱਖਣਾ ਚਾਹੀਦਾ। ਅਤੇ ਜੇ ਕੋਈ ਤਕਲੀਫ ਆਉਂਦੀ ਹੈ ਤਾਂ ਆਪਣਾ ਜਿਹੜੇ ਵੀ ਲਾਗੇ ਕੋਈ ਵੀ ਡਾਕਟਰ ਹੈ ਅੱਖਾਂ ਦਾ, ਉਹਨਾਂ ਨੂੰ ਸੰਪਰਕ ਕਰਕੇ ਦਵਾਈ ਨਾਲ ਲੈਣਾ ਸ਼ੁਰੂ ਕਰ ਦਿਓ। ਧੰਨਵਾਦ ਜੀ। ਜੀ ਅੱਜ ਸੁਸਾਇਟੀ ਦੇ ਵੱਲੋਂ ਬਹੁਤ ਹੀ ਇੱਕ ਉਮਦਾ ਸਾਨੂੰ ਇੱਕ ਇਗਜ਼ਾਮਪਲ ਪੇਸ਼ ਕੀਤੀ ਗਈ ਹੈ ਇਨ ਇੰਟਰਸਟ ਆਫ ਦੀ ਮੈਨਕਾਈਂਡ ਐਂਡ ਹਿਊਮੈਨਿਟੀ, ਜਿੱਥੇ ਅੱਜ ਦੇ ਦੌਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਬਈ ਇੰਨਾ ਕੁ ਜ਼ਿਆਦਾ ਹੋਰ ਜ਼ਿਆਦਾ ਸੋਸ਼ਲ ਇਸ਼ੂਜ਼ ਦਾ ਕੰਮ ਚੱਲ ਰਿਹਾ ਹੈ ਅਤੇ ਇੱਥੇ ਹੀ ਇੱਕ ਸੁਸਾਇਟੀ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜਿੱਥੇ ਆਪਣੇ ਵੱਲੋਂ ਇੱਕ ਇਨ ਦੀ ਇੰਟਰਸਟ ਆਫ ਮੈਨਕਾਈਂਡ ਅੱਖਾਂ ਦਾ ਆਪਰੇਸ਼ਨ ਕਰਾਇਆ ਗਿਆ ਅਤੇ ਇਸ ਚੀਜ਼ ਦੀ ਅਸੀਂ ਪ੍ਰਸ਼ਾਸਨ ਦੇ ਹੋਣ ਦੇ ਨਾਤੇ ਬਹੁਤ ਸ਼ਲਾਘਾ ਕਰਦੇ ਹਾਂ ਅਤੇ ਇਹਨਾਂ ਨੂੰ ਜਿੱਥੇ ਵੀ ਕਿਤੇ ਸਾਡੇ ਸਹਿਯੋਗ ਦੀ ਲੋੜ ਪਏਗੀ ਅਸੀਂ ਤਤਪਰਤਾ ਦੇਣ ਨਾਲ ਹਮੇਸ਼ਾ ਹੀ ਤਿਆਰ ਹਾਂ। ਥੈਂਕ ਯੂ।